ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਵਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਬਹੁਤ ਖਾਸ ਸਮਾਂ ਆਪਣਾ ਇਸ ਪ੍ਰੋਗਰਾਮ ਦੇ ਨਾਲ ਸਾਂਝਾ ਕਰਦੇ ਨੇ ਦੁਨੀਆ ਭਰ ਦੇ ਪੰਜਾਬੀ ਸੋ ਬਹੁਤ ਅਭਾਰ ਹੈ ਉਹਨਾਂ ਦਾ ਕਿ ਪੰਜਾਬ ਦੇ ਚੰਗੇ ਚੰਗੇ ਮੁੱਦਿਆਂ ਨੂੰ ਅੱਗੇ ਵਧਾਰੇ। ਸੋ ਡੱਲਾ ਜੀ ਮੈਂ ਜ਼ਰੂਰ ਚਾਹਾਂਗੀ ਕਿ ਕਿਹੜੀਆਂ ਤਿੰਨ ਵੱਡੀਆਂ ਖਾਸ ਖਬਰਾਂ ਨੇ ਅੱਜ ਦੀਆਂ ਉਹਨਾਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਐਨਾਲਿਸਿਸ ਕਰਕੇ ਦਰਸ਼ਕਾਂ ਨਾਲ ਸਾਂਝੇ ਕਰੋ ਕਿਉਂਕਿ ਆ ਚਾਹੇ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਭਾਵੇਂ ਸਮਾਜਿਕ ਪਹਿਲੂ ਦੀ ਗੱਲ ਕਰ ਲਈਏ ਸੋ ਵੱਡੀਆਂ ਖਬਰਾਂ ਜਿਹੜੀਆਂ ਲੋਕਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਪੂਰੀ ਜਾਣਕਾਰੀ ਵੇਰਵੇ ਦੇ ਨਾਲ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰੋ। ਹਰਜੋਤ ਜੀ ਖਬਰਾਂ ਕਈ ਵੱਡੀਆਂ ਨੇ ਪਰ ਫੋਕਸ ਧਿਆਨ ਅੱਜ ਹੜ ਨਾਲ ਜੁੜੀਆਂ ਖਬਰਾਂ ਵਾਲੇ ਪਾਸੇ ਮਾਰਾਂਗੇ ਸਭ ਤੋਂ ਵੱਡਾ ਸਵਾਲ ਵੀ ਅੱਜ ਖਬਰ ਦੇ ਰੂਪ ਚ ਖੜਾ ਹੁੰਦਾ ਹੈ ਕਿ ਮਾੜੀ ਸਿਆਸਤ ਪੰਜਾਬ ਚ ਹੜ ਲਿਆਉਂਦੀ ਹੈ ਪੰਜਾਬ ਚ ਹੜ ਆਉਣ ਦਾ ਕਾਰਨ ਮੇਰੀ ਨਜ਼ਰ ਚ ਮਾੜੀ ਸਿਆਸਤ ਹੈ ਪੰਜਾਬ ਦੀ ਜਿਹਦੇ ਕਰਕੇ ਪੰਜਾਬ ਚ ਹੜ ਆਉਂਦੇ ਨੇ ਔਰ ਵੱਡਾ ਚੈਲੰਜ ਇਸ ਵਕਤ ਭਗਵੰਤ ਮਾਨ ਅੱਗੇ ਵੀ ਆ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਭਵਿੱਖ ਚ ਹੜ ਨਾ ਆਉਣ ਪੰਜਾਬ ਚ ਉਹਦੇ ਲਈ ਭਗਵੰਤ ਮਾਨ ਕਿਸ ਤਰ੍ਹਾਂ ਦੇ ਉਪਰਾਲੇ ਕਰਦੇ ਨੇ ਜਾਂ ਕਿਹੜੀਆਂ ਗੱਲਾਂ ਭਗਵੰਤ ਮਾਨ ਨੂੰ ਕਰਨੀਆਂ ਚਾਹੀਦੀਆਂ ਨੇ ਲੀਕ ਤੋਂ ਹਟ ਕੇ ਕਈ ਮੁੱਦਿਆਂ ਤੇ ਭਗਵੰਤ ਮਾਨ ਫੈਸਲੇ ਲੈ ਰਹੇ ਨੇ ਹੁਣ ਗੱਲ ਉਹ ਵੀ ਮੈਂ ਅੱਗੇ ਵਧਾਉਂਗਾ ਤੇ ਗੱਲ ਸਤਲੁਜ ਯਮਨਾ ਲਿੰਕ ਨਹਿਰ ਦੀ ਵੀ ਕਰਾਂਗੇ ਕੀ ਪੰਜਾਬ ਦੇ ਕਿਸਾਨ ਔਰ ਪੰਜਾਬ ਦੀ ਸਿਆਸਤ ਕੇਂਦਰ ਸਰਕਾਰ ਨਾਲ ਮਿਲ ਕੇ ਅੱਜ ਤੱਕ ਕੋਈ ਅਜਿਹਾ ਸਮਝੌਤਾ ਨਹੀਂ ਕਰ ਸਕੀ ਪਾਣੀਆਂ ਦੇ ਮਾਮਲੇ 'ਚ ਅਗਰ ਕੋਈ ਅਜਿਹੇ ਸਮਝੌਤਾ ਕੇਂਦਰ ਨਾਲ ਪੰਜਾਬ ਦੇ ਪਾਣੀਆਂ ਦਾ ਹੋ ਜੇ ਤੇ ਅਸੀਂ ਹੜ੍ਹਾਂ ਤੋਂ ਬਚ ਸਕਦੇ ਹਾਂ ਹੁਣ ਮੋٹے ਮੋٹے ਰੂਪ ਦੇ ਵਿੱਚ ਜਦੋਂ ਵੀ ਹੜ੍ਹ ਆਉਂਦੇ ਨੇ ਉਂਝ ਹਰਜੋਤ ਜੀ ਜੇ ਮੈਂ ਗੱਲ ਕਰਾਂ ਤੇ ਹਰ ਸਾਲ ਜਿਹੜੀ ਮੌਨਸੂਨ ਆਉਂਦੀ ਹੈ ਜੂਨ ਜੁਲਾਈ ਅਗਸਤ ਉਹ ਲੋਕ ਹਮੇਸ਼ਾ ਹੜ੍ਹਾਂ ਦੇ ਸ਼ਿਕਾਰ ਹੁੰਦੇ ਨੇ ਪੰਜਾਬ 'ਚ ਜਿਨ੍ਹਾਂ ਦੇ ਘਰ ਦਰਿਆਵਾਂ ਦੇ ਨਦੀਆਂ ਦੇ ਨਾਲਿਆਂ ਦੇ ਆਲੇ ਦੁਆਲੇ ਨੇ ਗੱਲ ਅੱਗੇ ਵਧਾਉਣ ਤੋਂ ਪਹਿਲਾਂ ਮੈਂ ਤਾਜ਼ਾ ਸਥਿਤੀ ਪੰਜਾਬ ਵਾਲੀ ਵੀ ਸਾਂਝੀ ਕਰ ਲਾਂ ਸਾਡਾ ਭਾਖੜਾ ਡੈਮ ਹੈ ਉਹਦੀ ਸਮਰੱਥਾ 1680 ਫੁੱਟ ਤੱਕ ਪਾਣੀ ਸਾਂਭਣ ਦੀ ਹੈ ਇਸੇ ਤਰ੍ਹਾਂ ਪੌਂਗ ਡੈਮ ਹੈ 1390 ਫੁੱਟ ਤੱਕ ਰਣਜੀਤ ਸਾਗਰ ਡੈਮ ਹੈ 1731 ਫੁੱਟ ਤੱਕ ਸਮਰੱਥ ਹੈ ਪਾਣੀ ਸਾਂਭਣ ਦੀ ਔਰ ਜਿਹੜੇ ਸਾਡੇ ਤਿੰਨੇ ਡੈਮ ਨੇ ਇਹਨਾਂ ਦੇ ਵਿੱਚ ਜਿਹੜਾ ਪਾਣੀ ਹੈ ਇਹ ਨਿਰਪਰ ਕਰਦਾ ਹੈ ਕਿ ਪਹਾੜਾਂ 'ਚ ਕਿੰਨਾ ਕਮੀਂ ਪੈਂਦਾ ਹੈ ਹਿਮਾਚਲ ਪ੍ਰਦੇਸ਼ ਦੇ ਬਾਕੀ ਹਿੱਸਿਆਂ 'ਚ ਕਿੰਨਾ ਕਮੀਂ ਪੈਂਦਾ ਹੈ ਹੌਲੀ-ਹੌਲੀ ਉਹ ਪਾਣੀ ਇਕੱਠਾ ਹੋ ਕੇ ਇਹਨਾਂ ਡੈਮਾਂ 'ਚ ਇਕੱਠਾ ਹੁੰਦਾ ਹੈ ਕਿਉਂਕਿ ਪਾਣੀ ਨੂੰ ਜੰਮੂ ਕਸ਼ਮੀਰ ਤੋਂ ਹਿਮਾਚਲ ਤੋਂ ਆਉਣ ਨੂੰ ਵਕਤ ਲੱਗਦਾ ਹੈ ਔਰ ਜੇ ਅਸੀਂ ਦੇਖੀਏ ਤੇ ਜਦੋਂ ਭਾਖੜਾ ਡੈਮ ਤੋਂ ਵੀ ਪਾਣੀ ਛੱਡਿਆ ਜਾਂਦਾ ਹੈ ਤੇ ਭਾਖੜਾ ਡੈਮ ਤੋਂ ਬਾਅਦ ਰੋਪੜ ਤੱਕ ਪਹੁੰਚਣ ਨੂੰ ਵਕਤ ਲੱਗਦਾ ਹੈ ਫੇਰ ਸਤਲੁਜ ਅੱਗੇ ਵੱਧਦਾ ਹੈ ਸੰਤੀ ਕੇਂਦਰ ਲੁਧਿਆਣੇ ਚੋਂ ਲੰਘਦਾ ਉੱਥੇ ਤੱਕ ਪਹੁੰਚਣ ਨੂੰ ਵਕਤ ਲੱਗਦਾ ਹੈ ਤੇ ਸਰਹੱਦ ਵੱਲ ਨੂੰ ਜਾਂਦੇ ਨੂੰ ਟਾਈਮ ਲੱਗਦਾ ਸੋ ਇਸ ਕਰਕੇ ਪਾਣੀ ਨੇ ਸਮਾਂ ਲੈ ਕੇ ਹੀ ਅੱਗੇ ਅੱਗੇ ਤੋਂ ਅੱਗੇ ਵਧਣਾ ਹੈ ਔਰ ਚਲਦੇ ਚਲੇ ਜਾਣਾ ਹੈ ਹੁਣ ਜਿਹੜੇ ਸਾਡੇ ਜਿਹੜੀ ਕੱਲ ਦੀ ਸਥਿਤੀ ਹੈ ਪਰਸੋਂ ਰਾਤ ਦੀ ਜਿਹੜੀ ਪਰਸੋਂ ਦੀ ਰਾਤ ਸੀ ਜਿਹੜੀ 9 ਜੁਲਾਈ ਦੀ ਰਾਤ ਸੀ 9 ਜੁਲਾਈ ਨੂੰ ਅਚਾਨਕ ਅੱਧੀ ਰਾਤ ਨੂੰ ਪਾਣੀ ਵਧਿਆ ਸੀ ਸਤਲੁਜ ਦਰਿਆ ਦਾ ਪਰ ਕਹਿੰਦੇ 10 ਜੁਲਾਈ ਨੂੰ ਪਾਣੀ ਥੋੜਾ ਜਿਹਾ ਘਟਿਆ। ਉਹਦੇ ਪਿੱਛੇ ਕਾਰਨ ਇਹ ਵੀ ਹੋ ਸਕਦੇ ਆ ਕਿ ਪਹਾੜਾਂ 'ਚ ਮੀਂਹ ਥੋੜਾ ਘਟਿਆ ਹੋਵੇ ਔਰ ਦੂਸਰੀ ਗੱਲ ਕਿ ਪੰਜਾਬ 'ਚ ਮੀਂਹ ਤਾਂ ਪਿਆ 10 ਜੁਲਾਈ ਨੂੰ ਵੀ ਲੇਕਿਨ 9 ਜੁਲਾਈ ਵਰਗੀ ਸਥਿਤੀ ਨਹੀਂ ਰਹੀ 8-9 ਜੁਲਾਈ ਨੂੰ ਕਈ ਥਾਂ ਤੇ ਪੰਜਾਬ 'ਚ ਬਹੁਤ ਜ਼ਿਆਦਾ ਮੀਂਹ ਪਿਆ ਸੀ। ਹੁਣ ਅੱਜ ਜਦੋਂ ਅਸੀਂ 11 ਜੁਲਾਈ 'ਚ ਬੈਠੇ ਆ ਅਗਰ ਅੱਜ ਪੰਜਾਬ 'ਚ ਮੀਂਹ ਬਿਲਕੁਲ ਨਾ ਪਵੇ ਜਾਂ ਬਹੁਤ ਘੱਟ ਪਵੇ ਉਹਦੇ ਨਾਲ ਜਿਹੜੇ ਸਾਡੇ ਵੱਡੇ ਦਰਿਆ ਆ ਉਹਨਾਂ ਤੇ ਦਬਾਅ ਘਟਦਾ ਹੈ। ਜਿਵੇਂ ਪਟਿਆਲੇ ਦੀ ਗੱਲ ਕਰ ਲਈਏ ਘੱਗਰ ਦੇ ਵਿੱਚ ਵੀ ਪਾਣੀ ਦਾ ਪੱਧਰ ਬਹੁਤ ਉੱਚਾ ਹੈ ਔਰ ਘੱਗਰ ਕਰਕੇ ਹਾਲੇ ਦਿਵਾਲੇ ਦੇ ਪਿੰਡਾਂ ਚ ਕਈਆਂ ਚ ਪਾਣੀ ਆਇਆ ਵੀ ਹੈ ਔਰ ਸਾਨੂੰ ਯਾਦ ਹੈ 1993 ਜਦੋਂ ਪਟਿਆਲੇ ਚ ਘੱਗਰ ਕਰਕੇ ਇੱਕ ਵੱਡਾ ਹੜ ਆਇਆ ਸੀ ਹਜੇ ਤੱਕ ਅਸੀਂ ਉਮੀਦ ਕਰਦੇ ਹਾਂ ਕਿ ਸਥਿਤੀ ਉਹ ਨਹੀਂ ਬਣੇਗੀ ਹਾਲਾਂਕਿ ਘੱਗਰ ਦਾ ਵੀ ਜਿਹੜਾ ਪਾਣੀ ਹੈ ਉਹ ਪਹਾੜਾਂ ਦੇ ਵਿੱਚੋਂ ਹੀ ਪਾਣੀ ਹੈ ਜਿਹੜਾ ਉਹ ਆਉਂਦਾ ਹੈ ਔਰ ਚੰਡੀਗੜ ਸੁਖਨਾ ਲੇਕ ਦੋ ਵਾਰ ਉਹਦੇ ਫਲੱਡ ਗੇਟ ਖੋਲੇ ਗਏ ਨੇ ਚੰਡੀਗੜ ਸ਼ਹਿਰ ਔਰ ਸੁਖਨਾ ਲੇਕ ਦੀ ਹਾਲੇ ਦਿਵਾਲੇ ਦੇ ਬਹੁਤ ਸਾਰੇ ਜਿਹੜੇ ਪਿੰਡ ਨੇ ਖੇਤਰ ਨੇ ਉੱਥੇ ਵੀ ਲੋਕਾਂ ਨੂੰ ਪਾਣੀ ਦੀ ਮਾਰ ਚੱਲਣੀ ਪੈ ਰਹੀ ਹੈ ਸੋ ਹੁਣ ਸਵਾਲ ਇਹ ਹੈ ਕਿ ਪੰਜਾਬ ਕਿਉਂ ਇੰਨੀ ਵੱਡੀ ਮਾਰ ਚੱਲਦਾ ਹੈ ਹੜਾਂ ਦੀ ਹਾਲਾਂਕਿ ਨੁਕਸਾਨ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਬਹੁਤ ਜ਼ਿਆਦਾ ਹੋਇਆ ਹੈ ਹਿਮਾਚਲ ਚ ਵੀ ਜਦੋਂ ਹੜ ਆਉਂਦੇ ਨੇ ਤੇ ਉਹ ਬਹੁਤ ਵੱਡੀ ਤਬਾਈ ਮਚਾਉਂਦਾ ਕਿਉਂਕਿ ਕਈ ਇਨਸਾਨੀ ਜਾਨਾਂ ਹਿਮਾਚਲ ਪ੍ਰਦੇਸ਼ ਚ ਗਈਆਂ ਨੇ ਮੈਦਾਨੀ ਇਲਾਕਿਆਂ ਦੇ ਵਿੱਚ ਹੜ ਦਾ ਖਤਰਾ ਵੱਖਰੀ ਤਰ੍ਹਾਂ ਦਾ ਹੈ ਔਰ ਪਹਾੜੀ ਇਲਾਕਿਆਂ ਦੇ ਵਿੱਚ ਹੜ ਦਾ ਖਤਰਾ ਜਿਹੜਾ ਉਹ ਵੱਖਰੀ ਤਰ੍ਹਾਂ ਦਾ ਹੈ ਪਹਾੜੀ ਇਲਾਕੇ ਚ ਹੜ ਅਚਾਨਕ ਹੀ ਜਦੋਂ ਪਾਣੀ ਆਉਂਦਾ ਕਈ ਵਾਰੀ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਪਾਣੀ ਆਏਗਾ ਤੇ ਉਹ ਬਹੁਤ ਖਤਰਨਾਕ ਰੂਪ ਲੈਂਦਾ ਅਸੀਂ ਤਸਵੀਰਾਂ ਵੀ ਵੇਖੀਆਂ ਨੇ ਪੁਲਾਂ ਨੂੰ ਵੀ ਜਿਹੜਾ ਇਹ ਪਾਣੀ ਹੈ ਇਹ ਬਹੁਤ ਵੱਡੇ ਪੱਧਰ ਤੇ ਨੁਕਸਾਨ ਪਹਚਾ ਰਿਹਾ ਹੈ ਹੁਣ ਸਵਾਲ ਇਹ ਹੈ ਕਿ ਸਿਆਸਤ ਕਰਕੇ ਹੜ ਕਿਉਂ ਆਉਂਦੇ ਨੇ ਪੰਜਾਬ ਸਭ ਤੋਂ ਪਹਿਲਾਂ ਤਾਂ ਲਗਾਤਾਰ ਹੜਾਂ ਦੀ ਮਾਰ ਝੱਲਦਾ ਜਦੋਂ 1987-88 ਚ ਵੱਡਾ ਹੜ ਆਇਆ 1993 ਵੇਲੇ ਜਦੋਂ ਪਟਿਆਲੇ ਵਾਲੇ ਪਾਸੇ ਵੱਡੇ ਹੜ ਆਏ ਫਿਰ 2008 9 10 11 ਇਨ੍ਹਾਂ ਸਾਲਾਂ ਦੇ ਵਿੱਚ ਵੀ ਸਤਲੁਜ ਦੇ ਆਲੇ ਦੁਆਲੇ ਰੋਪੜ ਦੇ ਆਲੇ ਦੁਆਲੇ ਲਗਾਤਾਰ ਹੜ ਆਉਂਦੇ ਰਹੇ ਨੇ ਪਰ ਕਿਉਂਕਿ ਹੁਣ ਪਹਾੜਾਂ 'ਚ ਮੀਂਹ ਬਹੁਤ ਜ਼ਿਆਦਾ ਪੈ ਗਿਆ ਪੰਜਾਬ 'ਚ ਵੀ ਮੀਂਹ ਬਹੁਤ ਜ਼ਿਆਦਾ ਪਿਆ ਇਸ ਕਰਕੇ ਪੂਰੇ ਪੰਜਾਬ ਦੇ ਜਿਹੜੇ ਸਾਡੇ ਦਰਿਆ ਆ ਬਿਆਸ ਪੂਰਾ ਭਰਿਆ ਪਿਆ ਸਤਲੁਜ ਭਰਿਆ ਪਿਆ ਰਾਵੀ ਵਾਲੇ ਪਾਸੇ ਵੀ ਪਾਣੀ ਬਹੁਤ ਭਰਿਆ ਪਿਆ ਸੋ ਸਾਰੇ ਸਾਡੇ ਦਰਿਆ ਜਦੋਂ ਭਰ ਗਏ ਸਾਡੀਆਂ ਜਿਹੜੀਆਂ ਸਹਾਇਕ ਨਦੀਆਂ ਨਹਿਰਾਂ ਸੀ ਮੈਂ ਕਹੂੰਗਾ ਜਿਵੇਂ ਦਰਾਹੇ ਵੱਲ ਨੂੰ ਜਿਹੜੀਆਂ ਜਿਹਨੂੰ ਅਸੀਂ ਬ੍ਰਾਂਚ ਕਨਾਲਸ ਕਹਿ ਦਿੰਨੇ ਆ ਜਿਵੇਂ ਭਾਵੇਂ ਭਾਵੇਂ ਐਸਵਾਈਐਲ ਵੀ ਕਹਿੰਦੇ ਪਾਣੀ ਭਰਿਆ ਪਿਆ ਸੀ ਜੀ ਕਹਿੰਦੇ ਐਸਵਾਈਐਲ ਪਾੜ ਪੈ ਗਿਆ ਐਸਵਾਈਐਲ ਚ ਐਸਵਾਈਐਲ ਨਹਿਰ ਮੁਕੰਮਲ ਹੋਈ ਸੀ ਸਰਕਾਰ ਨੇ ਵਾਪਸ ਮੋੜਤੀਆਂ ਜ਼ਮੀਨਾਂ ਲੇਕਿਨ ਉਹ ਬਹੁਤ ਥਾਂ ਤੋਂ ਪੱਟੀ ਪਈ ਹੈ ਪਾੜੀ ਹੋਈ ਹੈ ਬਹੁਤ ਥਾਂ ਤੋਂ ਖੁੱਲੀ ਹੈ ਸਤਲੁਜ ਜਮਨਾ ਲਿੰਕ ਨਹਿਰ ਸੋ ਜਦੋਂ ਪਾਣੀ ਇਕੱਠਾ ਹੁੰਦਾ ਜਿੱਥੇ ਜਿੱਥੇ ਨਹਿਰ ਦੇ ਰੂਪ ਦੇ ਵਿੱਚ ਉਹ ਨਜ਼ਰ ਆਉਂਦੀ ਹੈ ਸਾਨੂੰ ਸੰਗਠਿਤ ਉੱਥੇ-ਉੱਥੇ ਪਾਣੀ ਇਕੱਠਾ ਹੋ ਕੇ ਜਦੋਂ ਉਹ ਤੁਰਦਾ ਹੈ ਤੇ ਫਿਰ ਉਹ ਸਾਰੇ ਪਾਸੇ ਪਾਣੀ ਆਲੇ-ਦੁਆਲੇ ਮਾਰ ਕਰਦਾ ਹੈ ਹੁਣ ਸਵਾਲ ਮੂਲ ਇਹ ਹੈ ਕਿ ਪੰਜਾਬ 'ਚ ਹੜ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਇਹਦੇ ਪਿੱਛੇ ਕਮੀਆਂ ਕਿਹੜੀਆਂ ਰਹੀਆਂ ਕਮੀਆਂ ਰਹੀਆਂ ਸਾਡੇ ਸਿਆਸਤਾਨਾਂ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਕੋਈ ਵੀ ਰਹੀਆਂ ਭਾਵੇਂ ਅਕਾਲੀ ਦਲ ਦੀ ਰਹੀ ਭਾਜਪਾ ਦੀ ਰਹੀ ਕਾਂਗਰਸ ਦੀ ਰਹੀ ਭਾਵੇਂ ਕੈਪਟਨ ਅਮਰਿੰਦਰ ਦੀ ਰਹੀ ਗੱਲਾਂ-ਗੱਲਾਂ 'ਚ ਅਸੀਂ ਬਹੁਤ ਪਾਣੀ ਬਚਾਉਣ ਦੇ ਦਾਅਵੇ ਕੀਤੇ ਨੇ ਪਰ ਹਕੀਕਤ ਦੇ ਵਿੱਚ ਪੰਜਾਬ ਦਾ ਪਾਣੀ ਬਚਾ ਸਕਿਆ ਤੇ ਨਾ ਅਸੀਂ ਹੜਾਂ ਦੀ ਮਾਰ ਬਚਾ ਸਕੇ ਔਰ ਅੱਜ ਸਥਿਤੀ ਇਹ ਹੈ ਹਰਜੋਤ ਜੀ ਕਿ ਅੱਜ ਪੰਜਾਬ ਚ ਝੋਨੇ ਦੀ ਫਸਲ 33 34 ਲੱਖ ਹੈਕਟੇਰ ਚ ਪੰਜਾਬ ਚ ਝੋਨਾ ਬੀਜਿਆ ਜਾਂਦਾ ਹੈ ਹਰ ਸਾਲ ਔਰ ਅਸੀਂ ਮੈਨੂੰ ਲੱਗਦਾ ਹੈ ਕਿ ਸਾਡਾ ਇੱਕ ਵੱਡਾ ਹਿੱਸਾ ਜਿਹੜਾ ਝੋਨੇ ਦੀ ਖੇਤੀ ਕਰਨ ਵਾਲਾ ਹਿੱਸਾ ਹੈ ਬਹੁਤ ਵੱਡਾ ਸਾਡਾ ਹਿੱਸਾ ਹੈ ਜਿਹੜਾ ਉਹ ਇਨ੍ਹਾਂ ਬਰਸਾਤਾਂ ਦੇ ਹੜਾਂ ਦੇ ਪ੍ਰਭਾਵ ਹੇਠ ਆਇਆ ਹੈ ਨੁਕਸਾਨ ਕਿੰਨੇ ਲੱਖ ਹੈਕਟੇਰ ਦੇ ਵਿੱਚ ਝੋਨੇ ਦਾ ਹੁੰਦਾ ਹੈ ਇਹ ਤਾਂ ਜਦੋਂ ਹੁਣ ਗਿਰਦਾਰੀਆਂ ਹੋਣਗੀਆਂ ਜਾਂ ਪਾਣੀ ਜਿਹੜਾ ਹੈਗਾ ਉਹ ਲੱਥੂਗਾ ਤੇ ਵਾਪਸ ਜ਼ਿੰਦਗੀ ਮੁੜੂਗੀ ਜਦੋਂ ਮੀਂਹ ਹਟਦੇ ਨੇ ਫੇਰ ਸਮਝ ਆਊਗਾ ਵੀ ਨੁਕਸਾਨ ਹੋਇਆ ਕਿੰਨਾ ਪਰ ਨੁਕਸਾਨ ਹੋਣਾ ਬਹੁਤ ਹੈ ਝੋਨੇ ਦਾ ਵੀ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਣਾ ਹੈ ਸਾਡੀਆਂ ਬਾਕੀ ਫਸਲਾਂ ਦਾ ਵੀ ਹੋਣਾ ਹੈ ਜਿਹੜੀਆਂ ਫਸਲਾਂ ਸਾਡੀਆਂ ਮੰਡੀਆਂ 'ਚ ਪਈਆਂ ਉਹਨਾਂ ਦਾ ਵੀ ਹੋਣਾ ਹੈ ਔਰ ਇਹਦੇ ਨਾਲ ਨਾਲ ਸਬਜ਼ੀਆਂ ਦਾ ਨੁਕਸਾਨ ਵੀ ਹੈ ਫਲਾਂ ਦਾ ਨੁਕਸਾਨ ਵੀ ਹੈ ਔਰ ਨੁਕਸਾਨ ਸਾਡੇ ਪਸ਼ੂ ਧਨ ਦਾ ਵੀ ਬਹੁਤ ਜ਼ਿਆਦਾ ਹੈ ਸੋ ਇਹ ਨੁਕਸਾਨ ਇਹ ਵਿਸ਼ਲੇਸ਼ਣ ਆਉਂਦੇ ਦਿਨਾਂ ਦੇ ਵਿੱਚ ਹੁੰਦੇ ਰਹਿਣਗੇ ਕਿ ਨੁਕਸਾਨ ਕਿੰਨਾ-ਕਿੰਨਾ ਕਿਸ ਰੂਪ ਦੇ ਵਿੱਚ ਹੋਇਆ ਪਰ ਅਸੀਂ ਹੜ ਰੋਕ ਕਿਉਂ ਨਹੀਂ ਪਾਰੇ ਪਹਿਲੀ ਤਾਂ ਗੱਲ ਸਮੇਂ ਦੀਆਂ ਸਾਡੀਆਂ ਪੋਲੀਟੀਕਲ ਪਾਰਟੀਆਂ ਕਦੇ ਵੀ ਉਹ ਕੇਂਦਰ ਨੂੰ ਇਹ ਸਮਝਾਉਣ 'ਚ ਸਮਰੱਥ ਨਹੀਂ ਹੋਈਆਂ ਕਿ ਰਿਪੇਰੀਅਨ ਪ੍ਰਿੰਸੀਪਲ ਦਾ ਮਤਲਬ ਕੀ ਹੈ ਅੱਜ ਸਾਡਾ ਛੋਟਾ ਭਰਾ ਕਹ ਲੋ ਹਿਮਾਚਲ ਪ੍ਰਦੇਸ਼ ਵੀ ਇਹ ਮੰਨਦਾ ਹੋਣਾ ਹੈ ਤਬਾਈ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਹੈ ਪਰ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਤਬਾਹੀ ਮਚਾ ਚੁੱਕਿਆ ਪਾਣੀ ਐ ਜਾਂ ਉਹ ਪਾਣੀ ਜਿਹਨੇ ਹਿਮਾਚਲ ਪ੍ਰਦੇਸ਼ ਚ ਵੀ ਤਬਾਹੀ ਨਹੀਂ ਮਚਾਈ ਤੇ ਸਿੱਧਾ ਡੈਮਾਂ ਚ ਇਕੱਠਾ ਹੋ ਗਿਆ ਨਦੀਆਂ ਚ ਇਕੱਠਾ ਹੋ ਗਿਆ ਤੇ ਪੰਜਾਬ ਚ ਉਤਰ ਰਿਹਾ ਅੱਜ ਹਿਮਾਚਲ ਇਹ ਮਹਿਸੂਸ ਕਰਦਾ ਹੋਣਾ ਕਿ ਪਹਾੜਾਂ ਦੇ ਮੀਂਹ ਨੇ ਭਾਵੇਂ ਪੰਜਾਬ ਚ ਮੀਂਹ ਘੱਟ ਐ ਕਿ ਪਹਾੜਾਂ ਦੇ ਮੀਂਹ ਨਹੀਂ ਪੰਜਾਬ ਦੇ ਵਿੱਚ ਕਿਦਾਂ ਦੀ ਸਥਿਤੀ ਬਣਾਤੀ ਔਰ ਇਹ ਸਿਤੀਆਂ ਪਹਿਲਾਂ ਵੀ ਬਣੀਆਂ ਨੇ ਇਹਦਾ ਮਤਲਬ ਹੈ ਕਿ ਅਸੀਂ ਇਹ ਸਮਝਾ ਹੀ ਨਹੀਂ ਸਕੇ ਦੇਸ਼ ਨੂੰ ਕਿ ਜਦੋਂ ਹਿਮਾਚਲ ਚ ਜਾਂ ਪਹਾੜਾਂ ਚ ਮੀਂਹ ਪੈਂਦਾ ਤੇ ਕਿਵੇਂ ਪੰਜਾਬ ਚ ਤਬਾਹੀ ਮਚਦੀ ਹੈ ਤੇ ਇਹ ਹੀ ਰਿਪੇਰੀਅਨ ਪ੍ਰਿੰਸੀਪਲ ਹੈ ਕਿ ਜਦੋਂ ਪਾਣੀ ਪਹਾੜਾਂ ਚੋਂ ਆਉਣ ਵਾਲਾ ਪਾਣੀ ਜਦੋਂ ਮੈਦਾਨਾਂ ਦੇ ਵਿੱਚ ਖਤਰਾ ਬਣ ਜਾਂਦਾ ਜਿਨ੍ਹਾਂ ਲੋਕਾਂ ਨੂੰ ਉਹਦੀ ਮਾਰ ਝੱਲਣੀ ਪੈਂਦੀ ਹੈ ਉਹਨਾਂ ਦੇ ਉੱਤੇ ਹੀ ਅਸਲ ਚ ਉਸ ਪਾਣੀ ਦਾ ਹੱਕ ਮੰਨਿਆ ਜਾਂਦਾ ਸੋ ਇੱਕ ਰੂਪ ਚ ਜਿਹੜਾ ਜਿਹੜਾ ਪਾਣੀ ਹਿਮਾਚਲ ਦੇ ਵਿੱਚੋਂ ਵਗ ਕੇ ਆਉਂਦਾ ਸਾਡੀ ਜਿੰਦ ਜਾਨ ਤੇ ਖਤਰਾ ਬਣਦਾ ਉਹ ਪਾਣੀ ਅਸਲ 'ਚ ਸਾਡਾ ਹੱਕ ਹੈ ਪਹਿਲਾਂ ਤਾਂ ਅਸੀਂ ਇਹ ਸਮਝੀਏ ਦੂਸਰਾ ਹੁਣ ਅਸੀਂ ਇੱਕ ਤਾਂ ਸਮਝਾ ਨਹੀਂ ਸਕੇ ਸਮੇਂ-ਸਮੇਂ ਤੇ ਕੇਂਦਰ ਸਰਕਾਰਾਂ ਨੂੰ ਕਿ ਰਿਪੇਰੀਅਨ ਕਾਨੂੰਨ ਦੇ ਤਹਿਤ ਪਾਣੀ ਸਾਡਾ ਹੱਕ ਹੈ ਅਸੀਂ ਲਗਾਤਾਰ ਹੜ੍ਹਾਂ ਦੀ ਮਾਰ ਚੱਲਦੇ ਆਂ ਹਰ ਸਾਲ ਸਾਨੂੰ ਹੜ੍ਹ ਆਉਂਦੇ ਨੇ ਜਿਹੜੇ ਦਰਿਆਵਾਂ ਦੇ ਕੰਢੇ ਆ ਉਹ ਤਾਂ ਲਗਾਤਾਰ ਹੜ੍ਹ ਚੱਲਦੇ ਨੇ ਤੇ ਜਦੋਂ ਦਬਾਅ ਪਾਣੀ ਦਾ ਉੱਪਰੋਂ ਜ਼ਿਆਦਾ ਵੱਧਦਾ ਪਹਾੜਾਂ ਚੋਂ ਤੇ ਫਿਰ ਇਹ ਪੂਰੇ ਪੰਜਾਬ ਨੂੰ ਹੜ੍ਹਾਂ ਦਾ ਖਤਰਾ ਵੀ ਚੱਲਣਾ ਪੈਂਦਾ ਤੇ ਹੜ੍ਹ ਵੀ ਚੱਲਣੇ ਪੈਂਦੇ ਨੇ ਹੁਣ ਇੱਕ ਤਾਂ ਅਸੀਂ ਕੇਂਦਰ ਨੂੰ ਇਹ ਨਹੀਂ ਸਮਝਾ ਸਕੇ ਅੱਜ ਨਰਿੰਦਰ ਮੋਦੀ ਨੂੰ ਇਹ ਸਮਝਾਉਣ ਦੀ ਲੋੜ ਹੈ ਪੰਜਾਬ ਦੀ ਸਰਕਾਰ ਨੂੰ ਭਗਵੰਤ ਮਾਨ ਨੂੰ ਵੀ ਕਿ ਹਿਮਾਚਲ ਦੇ ਮੀਂਹ ਤੇ ਪੰਜਾਬ ਦੀ ਤਬਾਹੀ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਪੰਜਾਬ ਨੂੰ ਰਿਪੇਰੀਅਨ ਪ੍ਰਿੰਸੀਪਲ ਦੇ ਚੱਲ ਰਿਹਾ ਹਿਮਾਚਲ ਦੇ ਪਹਾੜਾਂ ਚੋਂ ਆਉਣ ਵਾਲੇ ਪਾਣੀ ਦਾ ਮਾਲਕਕਰਾਰ ਦਿੱਤਾ ਜਾਵੇ ਕਿਉਂਕਿ ਅਸੀਂ ਨੁਕਸਾਨ ਚੱਲ ਰਹੇ ਹਾਂ ਉਸ ਪਾਣੀ ਦਾ ਹੁਣ ਅਗਰ ਕੇਂਦਰ ਰਿਪੇਰੀਅਨ ਪ੍ਰਿੰਸੀਪਲ ਦੀ ਸਾਡੀ ਮੰਗ ਮੰਨ ਲੇ ਇਹਨਾਂ ਸੂਬੇ ਦੀਆਂ ਸਰਕਾਰਾਂ ਕੇਂਦਰ ਨੂੰ ਸਮਝਾ ਲੈਣ ਕਿ ਬਿਲਕੁਲ ਪਹਾੜਾਂ ਚੋਂ ਆਉਣ ਵਾਲਾ ਪਾਣੀ ਪੰਜਾਬ ਨੂੰ ਤਬਾਹ ਕਰਦਾ ਹੈ ਤੇ ਇਸ ਕਰਕੇ ਪੰਜਾਬ ਨੂੰ ਰਿਪੀਰੀਅਨ ਪ੍ਰਿੰਸੀਪਲ ਦੇ ਤਹਿਤ ਉਸ ਪਾਣੀ ਦਾ ਹੱਕ ਦਿੱਤਾ ਜਾਣਾ ਚਾਹੀਦਾ ਹੈ ਕਿ ਪੰਜਾਬ ਉਸ ਪਾਣੀ ਨੂੰ ਵਰਤ ਸਕੇ ਬਾਕੀ ਦਿਨਾਂ ਚ ਹੜਾਂ ਦੀ ਮਾਰ ਤੋਂ ਇਲਾਵਾ ਜਦੋਂ ਪੰਜਾਬ ਨੂੰ ਪਾਣੀ ਦੀ ਲੋੜ ਹੈ ਹੁਣ ਅਗਰ ਕੇਂਦਰ ਰਿਪੀਰੀਅਨ ਪ੍ਰਿੰਸੀਪਲ ਦੀ ਸ਼ਰਤ ਪੰਜਾਬ ਦੀ ਮੰਨ ਲੇ ਤੇ ਫੇਰ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਸ ਪਾਸੇ ਸੋਚਣ ਦੀ ਲੋੜ ਹੈ ਕਿ ਅਸੀਂ ਰਿਪੇਰੀਅਨ ਪ੍ਰਿੰਸੀਪਲ ਦੇ ਤਹਿਤ ਪਹਾੜਾਂ ਚੋਂ ਆਉਣ ਵਾਲੇ ਪਾਣੀ ਦੇ ਹੱਕਦਾਰ ਤਾਂ ਬਣ ਗਏ ਹਾਂ ਕਿਉਂਕਿ ਉਹ ਪਾਣੀ ਜਿਹੜਾ ਸਾਡੇ ਸਟੇਟ ਚ ਆ ਗਿਆ ਉਹ ਸਾਡਾ ਹੈ ਪਰ ਹੁਣ ਅਸੀਂ ਇਸ ਪਾਣੀ ਨੂੰ ਸਾਂਭਣਾ ਕਿਵੇਂ ਹੈ ਤਾਂ ਕਿ ਸਾਨੂੰ ਖੜਾਂ ਦੀ ਮਾਰ ਨਾ ਚਲਣੀ ਪਵੇ ਉਹਦੇ ਲਈ ਮੈਨੂੰ ਲੱਗਦਾ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਸਾਡੀਆਂ ਸਰਕਾਰਾਂ ਨੂੰ ਇੱਕ ਵੱਡਾ ਦਿਲ ਦਿਖਾਉਣ ਦੀ ਲੋੜ ਹੈ ਇੱਕ ਵੱਡਾ ਦਿਲ ਦਿਖਾਉਣ ਦੀ ਲੋੜ ਹੈ ਤੇ ਅਗਰ ਸਾਨੂੰ ਕੇਂਦਰ ਰਿਪੇਰੀਅਨ ਪ੍ਰਿੰਸੀਪਲ ਦੇ ਤਹਿਤ ਸਾਡੇ ਪਾਣੀਆਂ ਨੂੰ ਹੱਕ ਦਿੰਦਾ ਹੈ ਪੰਜਾਬ ਨੂੰ ਰਿਪੇਰੀਅਨ ਸਟੇਟ ਪਾਣੀਆਂ ਦੇ ਮਾਮਲੇ 'ਚ ਐਲਾਨ ਕਰਦਾ ਹੈ ਤੇ ਫਿਰ ਪੰਜਾਬ ਨੂੰ ਦੂਜੇ ਸੂਬਿਆਂ ਦੇ ਨਾਲ ਪਾਣੀਆਂ ਦੇ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਭਾਵੇਂ ਰਾਜਸਥਾਨ ਹੈ ਭਾਵੇਂ ਹਰਿਆਣਾ ਤੇ ਭਾਵੇਂ ਹਿਮਾਚਲ ਵੀ ਹੈ ਫਿਰ ਹੋ ਕੀ ਸਕਦਾ ਹੈ ਦੇਖੋ ਮੇਰਾ ਹੀ ਮੰਨਣਾ ਹੈ ਕਿ ਸਾਡੇ ਵੱਡੇ-ਵੱਡੇ ਵਿਗਿਆਨੀ ਡਾਕਟਰ ਅਬਦੁਲ ਕਲਾਮ ਉਹਨਾਂ ਨੇ ਇੱਕ ਆਵਾਜ਼ ਦਿੱਤੀ ਅਟਲ ਬਿਹਾਰੀ ਬਾਜਪਈ ਬਹੁਤ ਚੰਗੇ ਪ੍ਰਧਾਨ ਮੰਤਰੀ ਮੰਨੇ ਜਾਂਦੇ ਨੇ ਜਿਨ੍ਹਾਂ ਨੇ ਪਾਕਿਸਤਾਨ ਦੇ ਨਾਲ ਪੰਜਾਬ ਦੇ ਸਬੰਧਾਂ ਨੂੰ ਚੰਗੇ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅਟਲ ਬਿਹਾਰੀ ਬਾਜਪਈ ਉਹਨਾਂ ਦਾ ਇੱਕ ਵੱਡਾ ਸੁਪਨਾ ਸੀ ਕਿ ਕਿਉਂ ਨਾ ਦੇਸ਼ ਦੇ ਵਿੱਚ ਨਹਿਰਾਂ ਜੋੜੀਆਂ ਜਾਣ ਔਰ 2014 ਅੰਸ਼ ਵਿੱਚ ਮੈਂ ਭਾਸ਼ਣ ਸੁਣਿਆ ਸੀ ਨਰਿੰਦਰ ਮੋਦੀ ਉਹਨਾਂ ਦਾ ਬਿਹਾਰ 'ਚ ਤੇ ਪ੍ਰਧਾਨ ਮੰਤਰੀ ਨੀ ਸੀ ਉਸ ਵਕਤ ਨਰਿੰਦਰ ਮੋਦੀ ਬਣੇ ਉਹਨਾਂ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਸਾਨੂੰ ਅਟਲ ਬਿਹਾਰੀ ਵਾਜਪਾਈ ਦੇ ਉਸ ਸੁਪਨੇ ਨੂੰ ਅੱਗੇ ਵਧਾਉਣ ਦੀ ਲੋੜ ਹੈ ਅਸੀਂ ਦੇਸ਼ ਦੇ ਵਿੱਚ ਦਰਿਆ ਨਹਿਰਾਂ ਨਦੀਆਂ ਜੋੜੀਏ ਉਸ ਤੋਂ ਬਾਅਦ ਕੋਸ਼ਿਸ਼ ਵੀ ਕੀਤੀ ਨਰਿੰਦਰ ਮੋਦੀ ਹੋਣਾ ਨੇ ਔਰ ਅੱਗੇ ਵਧਣ ਤੋਂ ਪਹਿਲਾਂ ਮੈਂ ਦੋ ਉਦਾਹਰਨਾਂ ਦੇਣਾ ਚਾਹਾਂਗਾ ਨਰਿੰਦਰ ਮੋਦੀ ਜਦੋਂ 2014 ਤੋਂ ਪਹਿਲਾਂ ਮੁੱਖ ਮੰਤਰੀ ਸੀ ਗੁਜਰਾਤ ਦੇ ਵਿੱਚ ਤਾਂ ਉਹਨਾਂ ਨੇ ਨਰਮਦਾ ਨਦੀ ਦਾ ਪਾਣੀ ਸਾਬਰਮਤੀ ਦੇ ਵਿੱਚ ਪਹੁੰਚਾਇਆ ਸੀ ਸੋ ਗੁਜਰਾਤ ਚ ਨਰਮਦਾ ਨਦੀ ਦਾ ਪਾਣੀ ਸਾਬਰਮਤੀ ਦੇ ਵਿੱਚ ਪਹੁੰਚਾਇਆ ਸੀ ਨਰਿੰਦਰ ਮੋਦੀ ਹੁਣਾਂ ਨੇ ਔਰ ਉਦੋਂ ਹੀ ਉਮੀਦ ਜਾਗੀ ਸੀ ਕਿ ਨਰਿੰਦਰ ਮੋਦੀ ਵਰਗਾ ਪ੍ਰਧਾਨ ਮੰਤਰੀ ਦੇਸ਼ ਚ ਦਰਿਆ ਤੇ ਨਦੀਆਂ ਜੋੜੇਗਾ ਹੁਣ ਮੈਂ ਪੰਜਾਬ ਨਾਲ ਵੀ ਇਹ ਸਾਰੀ ਜਿਹੜੀ ਸਥਿਤੀ ਹੈ ਜੋੜੂੰਗਾ ਕਿ ਕਿਵੇਂ ਅਸੀਂ ਪੰਜਾਬ ਚ ਇਹਨਾਂ ਹੜ੍ਹਾਂ ਤੋਂ ਬਚ ਸਕਦੇ ਹਾਂ ਜੋ ਅਸੀਂ ਤਸਵੀਰਾਂ ਵੇਖ ਰਹੇ ਹਾਂ ਜੋ ਮੁਹਾਲੀ ਦਾ ਹਾਲ ਦੇਖਿਆ ਜੋ ਅਸੀਂ ਚੰਡੀਗੜ੍ਹ ਦਾ ਹਾਲ ਦੇਖ ਰਹੇ ਹਾਂ ਜੋ ਲੁਧਿਆਣਾ ਜੋ ਪਟਿਆਲਾ ਜੋ ਜਲੰਧਰ ਜੋ ਹੁਸ਼ਿਆਰਪੁਰ ਜੋ ਕਪੂਰਥਲਾ ਜੋ ਸਾਰੇ ਪਾਸੇ ਜਿਹੜੇ ਬਿਆਸ ਦਰਿਆ ਦੇ ਦੁਆਲੇ ਐ ਰਾਵੀ ਦੇ ਕੰਢੇ ਐ ਸਤਲੁਜ ਵਾਲੇ ਨੇ ਫਿਰੋਜ਼ਪੁਰ ਤੱਕ ਹੁਸੈਣੀ ਵਾਲਾ ਤੱਕ ਸਤਲੁਜ ਜਾਂਦਾ ਹੈ ਘੱਗਰ ਦਾ ਪਾਣੀ ਜਾਂਦਾ ਜਿਹੜੀ ਬ੍ਰਾਂਚ ਨਹਿਰ ਜਾਂਦੀ ਹੈ ਸਤਲੁਜ ਤੋਂ ਨਿਕਲ ਕੇ ਸਰਹੰਦ ਫੀਡਰ ਕਹਿੰਦੇ ਆ ਜੀ ਨੂੰ ਇਹ ਸਾਰਿਆਂ ਦੇ ਆਲੇ ਦੁਆਲੇ ਪਿੰਡਾਂ 'ਚ ਲੋਕਾਂ ਨੂੰ ਮਾਰ ਕਿਉਂ ਪਈ ਹੈ ਇਹਦੀ ਇਹਦਾ ਜ਼ਿਕਰ ਵੀ ਇਸ ਵਕਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਮੈਂ ਗੱਲ ਫਿਰ ਉੱਥੇ ਆਉਣਾ ਕਿ ਬਹੁਤ ਵੱਡੇ ਪੱਧਰ ਤੇ ਭਾਰਤ ਦੇ ਵਿੱਚ ਨਹਿਰਾਂ ਤੇ ਨਦੀਆਂ ਜੋੜਨ ਦਾ ਜਿਹੜਾ ਵਿਚਾਰ ਹੈ 161 ਸਾਲ ਪਹਿਲਾਂ ਆਇਆ ਸੀ 161 ਸਾਲ ਪਹਿਲਾਂ ਜਦੋਂ ਬ੍ਰਿਟਿਸ਼ ਹਕੂਮਤ ਸੀ ਇੱਕ ਤਾਂ ਇੱਕ ਅੰਗਰੇਜ਼ਾਂ ਵੇਲੇ ਦਾ ਇੰਜੀਨੀਅਰ ਸੀ 1858 ਉਹਨੇ ਇਹ رائے ਦਿੱਤੀ ਸੀ ਕਿ ਕਿਉਂ ਨਾ ਉਹਦਾ ਮੈਂ ਨਾਮ ਵੀ ਲੱਭਦਾ ਉਹਦਾ ਨਾਮ ਸੀ ਬੜਾ ਚਰਚਿਤ ਇੰਜੀਨੀਅਰ ਸੀ ਸਰ ਆਰਥਰ ਕਾਟਨ ਕਹਿੰਦੇ ਨੇ ਉਹਨੂੰ ਸਰ ਆਰਥਰ ਕਾਟਨ ਇਹ ਫੌਜੀ ਇੰਜੀਨੀਅਰ ਸੀ 1858 ਚ ਉਹਨੇ ਗੱਲ ਤੋਰੀ ਸੀ ਕਿ 161 ਸਾਲ ਪਹਿਲਾਂ ਕਿ ਭਾਰਤ ਦੇ ਵਿੱਚ ਨਦੀਆਂ ਦਰਿਆ ਅਗਰ ਜੋੜ ਦਿੱਤੇ ਜਾਣ ਤੇ ਉਹ ਫਾਇਦੇਮੰਦ ਰਹਿਣਗੇ ਕਿਉਂਕਿ ਦੇਸ਼ ਦੇ ਵਿੱਚ ਇੱਕ ਹਿੱਸਾ ਅਜਿਹਾ ਹੁੰਦਾ ਜਿੱਥੇ ਬਿਲਕੁਲ ਸੋਕਾ ਹੁੰਦਾ ਹੈ ਤੇ ਦੂਜਾ ਹਿੱਸਾ ਅਜਿਹਾ ਹੁੰਦਾ ਜਿੱਥੇ ਹੜਾਂ ਦੀ ਮਾਰ ਹੁੰਦੀ ਹੈ ਹੁਣ ਉਸ ਤੋਂ ਬਾਅਦ ਇਹ ਯੋਜਨਾਵਾਂ ਬਣਦੀਆਂ ਰਹੀਆਂ ਸਮੇਂ-ਸਮੇਂ ਤੇ ਸਰਕਾਰਾਂ ਨੇ ਸਾਡੇ ਮੁਲਕ ਦੇ ਵਿੱਚ ਨੈਸ਼ਨਲ ਇੰਟਰ ਇੰਟਰ ਲਿੰਕਿੰਗ ਆਫ ਰਿਵਰਸ ਅਥਾਰਟੀ ਵੀ ਬਣਾਈ ਆਈ ਐਲ ਆਰ ਕਹਿੰਦੇ ਨੇ ਇੰਟਰ ਲਿੰਕਿੰਗ ਆਫ ਰਿਵਰਸ ਪਾਰਲੀਮੈਂਟ ਦੇ ਵਿੱਚ ਵੀ ਬਹੁਤ ਪ੍ਰਸਤਾਏ ਅਥਾਰਟੀਆਂ ਬਣੀਆਂ ਲੇਕਿਨ ਵਿਵਾਦ ਸਾਡੇ ਮੁਲਕ ਚ ਸੂਬਿਆਂ ਦੇ ਵਿੱਚ ਪਾਣੀ ਦੀ ਵੰਡ ਨੂੰ ਰੱਖ ਕੇ ਬਹੁਤ ਜ਼ਿਆਦਾ ਰਹਿ ਜਿਹਦੇ ਕਰਕੇ ਬਹੁਤ ਸਾਰਾ ਜਿਹੜੇ ਸਾਡੇ ਦਰਿਆਵਾਂ ਦਾ ਜੋੜਨ ਦਾ ਕੰਮ ਹੈ ਉਹ ਸਿਰੇ ਨਹੀਂ ਚੜ੍ਹ ਸਕਿਆ ਕਿਉਂਕਿ ਪੋਲੀਟੀਕਲ ਇੱਛਾ ਸ਼ਕਤੀ ਘੱਟ ਸੀ ਤੇ ਪੋਲੀਟੀਕਲ ਲੋਕ ਪਾਣੀ ਨੂੰ ਇਸ ਰੂਪ ਚ ਪ੍ਰਚਾਰ ਦੇ ਰਹੇ ਕਿ ਇਹ ਹਰਿਆਣਾ ਦਾ ਹੈ ਇਹ ਪੰਜਾਬ ਦਾ ਹੈ ਇਹ ਹਿਮਾਚਲ ਦਾ ਹੈ ਇਹ ਗੁਜਰਾਤ ਦਾ ਹੈ ਇਹ ਮੱਧ ਪ੍ਰਦੇਸ਼ ਦਾ ਹੈ ਉਂਝ ਮੱਧ ਪ੍ਰਦੇਸ਼ ਦੇ ਵਿੱਚ ਸ਼ਿਵਰਾ ਚੋਹਾਨ ਨੇ ਨਰਮਦਾ ਤੇ ਛਿਪਰਾ ਨਦੀ ਨੂੰ ਲਿੰਕ ਕੀਤਾ ਸੀ ਜਿਹਦੇ ਨਾਲ ਅਗਰ ਇੱਕ ਨਦੀ ਚ ਪਾਣੀ ਦਾ ਵਹਾਅ ਜ਼ਿਆਦਾ ਹੈ ਤੇ ਤੁਸੀਂ ਪਾਣੀ ਦੂਸਰੀ ਨਦੀ ਚ ਤਬਦੀਲ ਕਰ ਸਕਦੇ ਹੋ ਤੇ ਜੇ ਦੂਸਰੀ ਨਦੀ ਚ ਜ਼ਿਆਦਾ ਹੈ ਤੇ ਤੁਸੀਂ ਟੈਕਨੀਕ ਦੇ ذریعے ਦੂਸਰੀ ਪੁਰਾਣੀ ਨਦੀ ਚ ਪਾਣੀ ਦਾ ਵਹਾਅ ਜਿਹੜਾ ਛੱਡ ਸਕਦੇ ਹੋ ਸੋ ਇੰਟਰ ਲਿੰਕਿੰਗ ਆਫ ਰਿਵਰਸ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਵੱਡੇ ਵੱਡੇ ਦਰਿਆ ਜੋੜਦੀ ਆਪਸ ਚ ਜਿਹੜੀ ਐਸਵਾਈਐਲਸੀ ਐਸਵਾਈਐਲ ਦਾ ਜਨਮ ਇਸੇ ਵਿਚਾਰ ਚੋਂ ਹੋਇਆ ਹੋਣਾ ਸਤਲੁਜ ਯਮਨਾ ਲਿੰਕ ਨਹਿਰ ਹੁਣ ਯਮਨਾ ਵੀ ਵੱਡਾ ਦਰਿਆ ਕਹ ਲੋ ਨਦੀ ਕਹ ਲਈਏ ਤੇ ਸਤਲੁਜ ਵੀ ਸਾਡਾ ਦਰਿਆ ਹੈ ਵੱਡਾ ਨਦੀ ਵੀ ਕਹ ਦਿੰਦੇ ਸੋ ਸਤਲੁਜ ਤੇ ਯਮਨਾ ਨੂੰ ਲਿੰਕ ਕਰਨ ਦਾ ਮਤਲਬ ਇਹ ਹੈ ਕਿ ਅਗਰ ਇੱਕ ਦਰਿਆ ਚ ਹੜਾਂ ਦੀ ਸਥਿਤੀ ਹੈ ਤੇ ਜਿਹੜੀ ਲਿੰਕ ਨਹਿਰ ਹੈ ਉਹ ਪਾਣੀ ਦੂਸਰੀ ਨਹਿਰ ਚ ਲੈ ਜਾਵੇ ਹੌਲੀ ਹੌਲੀ ਇੱਕ ਪਾਸੇ ਦਬਾ ਘਟੇ ਔਰ ਇਸੇ ਤਰ੍ਹਾਂ ਅਗਰ ਮੁਲਕ ਦੇ ਵਿੱਚ ਲਗਭਗ ਵੱਡੀਆਂ 37 ਨਦੀਆਂ ਨੇ ਸਾਡੇ ਮੁਲਕ 'ਚ ਸੋ 37 ਦੇ ਕਰੀਬ ਵੱਡੀਆਂ ਨਦੀਆਂ ਨੇ ਜਿਨ੍ਹਾਂ ਨੂੰ ਕੌਮੀ ਤੌਰ ਤੇ ਅਗਰ ਜੋੜ ਦਿੱਤਾ ਜਾਵੇ ਤੇ ਮੁਲਕ ਦੇ ਵਿੱਚੋਂ ਹੜ੍ਹਾਂ ਦੀ ਸਥਿਤੀ ਤੋਂ ਬਚਿਆ ਜਾ ਸਕਦਾ ਹੈ ਹਾਲਾਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲੇ ਵੱਖਰੇ ਵੱਖਰੇ ਤਰਕ ਨੇ ਸਾਡੇ ਬਹੁਤ ਸਾਰੇ ਸਮਾਜ ਸੇਵੀ ਵੀ ਨੇ ਪੋਲਿਟਿਕਲ ਲੀਡਰ ਵੀ ਨੇ ਉਹ ਤਰ੍ਹਾਂ ਤਰ੍ਹਾਂ ਦੇ ਤਰਕ ਦੰਦੇ ਨੇ ਜਿਵੇਂ ਪੰਜਾਬ 'ਚ ਦਿੱਤਾ ਜਾਂਦਾ ਵੀ ਸਾਡੇ ਕੋਲੇ ਤਾਂ ਇੱਕ ਬੂੰਦ ਪਾਣੀ ਨਹੀਂ ਅੱਜ ਅੱਜ ਕੀ ਅਸੀਂ ਕਵਾਂਗੇ ਵੀ ਸਾਡੇ ਕੋਲੇ ਇੱਕ ਬੂੰਦ ਪਾਣੀ ਨਹੀਂ ਅਸਲ 'ਚ ਪਾਣੀਆਂ ਦੀ ਵੰਡ ਕਰਨ ਦਾ ਤਰੀਕਾ ਸੁਚਾਰੂ ਰੂਪ ਦੇ ਵਿੱਚ ਹੋਣਾ ਚਾਹੀਦਾ ਸੋ ਜਦੋਂ ਸਾਨੂੰ ਰਿਪੇਰੀਅਨ ਹੱਕ ਮਿਲ ਗਏ ਤੇ ਅਸੀਂ ਪਾਣੀ ਨੂੰ ਵਰਤ ਸਕਦੇ ਹਾਂ ਆਪਣੀ ਲੋੜ ਮੁਤਾਬਕ ਪਰ ਅਸੀਂ ਅਗਰ ਕੇਂਦਰ ਨਾਲ ਸੂਬੇ ਦੇ ਤੌਰ ਤੇ ਪੰਜਾਬ ਹਰਿਆਣਾ ਹਿਮਾਚਲ ਇਹ ਸਾਰੇ 4-5 ਸੂਬੇ ਇਕੱਠੇ ਹੋ ਕੇ ਆਪਸੀ ਸਹਿਮਤੀ ਬਣਾ ਕੇ ਪਾਣੀਆਂ ਦੀ ਵੰਡ ਨੂੰ ਨਵੀਂ ਦਿਸ਼ਾ ਦੇ ਵਿੱਚ ਅਗਰ ਸੋਚਣ ਕਿ ਅਸੀਂ ਹੜਾਂ ਤੋਂ ਵੀ ਬਚ ਸਕੀਏ ਤੇ ਅਸੀਂ ਜਦੋਂ ਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਕਿਤੇ ਹੜ੍ਹ ਨੇ ਤੇ ਉਸ ਪਾਣੀ ਨੂੰ ਅਸੀਂ ਆਪਣੇ ਵਾਲੇ ਪਾਸੇ ਮੰਗਵਾਈਏ ਜਾਂ ਅਗਰ ਇੰਟਰਲਿੰਕਿੰਗ ਆਫ ਰਿਵਰਸ ਪੂਰੇ ਦੇਸ਼ ਚ ਹੁੰਦੀ ਹੈ ਤੇ ਮੈਨੂੰ ਲੱਗਦਾ ਹੈ ਜਿਹੜੀ ਜ਼ਰੂਰਤ ਦਾ ਪਾਣੀ ਹੈ ਕਿਸੇ ਵੀ ਸੂਬੇ ਨੂੰ ਉਹਦੀ ਕਮੀ ਨਹੀਂ ਰਹਿਣੀ ਕਿਉਂਕਿ ਸਾਇੰਸ ਦੇ ਤੌਰ ਦੇ ਉੱਤੇ ਫਿਰ ਪਾਣੀ ਦੀ ਵੰਡ ਨੂੰ ਸੁਚਾਰੂ ਕੀਤਾ ਜਾ ਸਕਦਾ ਔਰ ਜਿਹੜੇ ਪੰਜਾਬ ਵਰਗੇ ਸੂਬੇ ਜਦੋਂ ਮੈਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਮੈਂ ਵੀ ਇਹ ਮੰਨਦਾ ਕਿ ਅਸੀਂ ਰਿਪੀਰੀਅਨ ਸਟੇਟ ਹਾਂ ਭਾਵੇਂ ਕੇਂਦਰ ਸਾਨੂੰ ਮਾਨਤਾ ਦੇਵੇ ਨਾ ਦੇਵੇ ਤੇ ਪਾਣੀਆਂ ਤੇ ਸਾਡਾ ਹੱਕ ਹੈ ਪਰ ਅਸੀਂ ਅਗਰ ਰਿਪੀਰੀਅਨ ਹੱਕ ਲਈਏ ਕੇਂਦਰ ਸਾਨੂੰ ਰਿਪੀਰੀਅਨ ਸੂਬੇ ਦੇ ਹੱਕ ਦੇਵੇ ਤੇ ਅਸੀਂ ਵੇਖੀਏ ਵੀ ਅਸੀਂ ਕਿੰਨਾ ਪਾਣੀ ਉਸ ਹੱਕ ਚੋਂ ਅਸੀਂ ਵੰਡ ਸਕਦੇ ਹਾਂ ਔਰ ਕਿਹੜੇ ਕਿਹੜੇ ਸਮੇਂ ਚ ਅਸੀਂ ਵੰਡ ਸਕਦੇ ਹਾਂ ਉਹਦੇ ਨਾਲ ਮੈਨੂੰ ਲੱਗਦਾ ਪੰਜਾਬ ਦਾ ਨੁਕਸਾਨ ਨਹੀਂ ਪੰਜਾਬ ਦਾ ਭਲਾ ਹੋਏਗਾ ਔਰ ਪੰਜਾਬ ਦੇ ਸਾਰੇ ਕਿਸਾਨ ਸੰਗਠਨ ਔਰ ਸੂਬੇ ਦੀ ਸਰਕਾਰ ਇਹਦੇ ਤੇ ਇੱਕ ਸਾਇੰਟਿਫਿਕ ਵਿਉਂਤਬੰਦੀ ਬਣਾ ਸਕਦੀ ਹੈ ਔਰ ਇਹਦੇ ਨਾਲ ਹਿਮਾਚਲ ਨੂੰ ਵੀ ਘਾਟਾ ਨਹੀਂ ਪੰਜਾਬ ਨੂੰ ਵੀ ਘਾਟਾ ਨਹੀਂ ਹਰਿਆਣੇ ਨੂੰ ਵੀ ਘਾਟਾ ਨਹੀਂ ਔਰ ਇਹ ਬਹੁਤ ਵੱਡੇ ਪੱਧਰ ਤੇ ਮੈਨੂੰ ਲੱਗਦਾ ਆਮ ਆਣ ਵਾਲੇ ਸਮੇਂ ਦੇ ਵਿੱਚ ਇਸ ਵਿਚਾਰ ਨੂੰ ਸੋਚਿਆ ਜਾਣਾ ਚਾਹੀਦਾ ਕਿ ਕਿਵੇਂ ਅਸੀਂ ਪਾਣੀ ਨੂੰ ਸੰਭਾਲ ਸਕਦੇ ਹਾਂ ਔਰ ਉਹਨਾਂ ਦਿਨਾਂ ਦੇ ਵਿੱਚ ਜਦੋਂ ਪਾਣੀ ਦੀ ਕਮੀ ਹੈ ਸਾਨੂੰ ਜਿਨ੍ਹਾਂ ਦਿਨਾਂ 'ਚ ਸਾਨੂੰ ਪਾਣੀ ਦੀ ਕਮੀ ਹੈ ਉਹਨਾਂ ਦਿਨਾਂ ਦੇ ਵਿੱਚ ਅਸੀਂ ਕਿਵੇਂ ਉਹਨਾਂ ਸਮਝੌਤਿਆਂ ਦੇ ਤਹਿਤ ਪਾਣੀ ਮੰਗਾ ਸਕਦੇ ਹਾਂ ਦੂਜੇ ਸੂਬਿਆਂ 'ਚੋਂ ਕਿਉਂਕਿ ਹੁਣ ਸਾਇੰਟਿਫਿਕ ਤਰੀਕੇ ਨੇ ਵਾਟਰ ਲਿਫਟਿੰਗ ਦਾ ਤਰੀਕਾ ਹੈ ਕਿਸੇ ਇੱਕ ਦਰਿਆ 'ਚੋਂ ਅਗਰ ਦੂਜੇ ਦਰਿਆ 'ਚ ਪਾਣੀ ਭੇਜਣਾ ਹੈ ਵਾਟਰ ਲਿਫਟ ਕਰਕੇ ਮਸ਼ੀਨਾਂ ਦੇ ਜ਼ਰੀਏ ਪਾਣੀ ਲਿਫਟ ਕਰਕੇ ਉਹ ਮੰਗਾਇਆ ਜਾ ਸਕਦਾ ਹੈ ਸੋ ਅਗਰ ਭਾਰਤ ਦੀ ਸਰਕਾਰ ਇਹ ਨਰਿੰਦਰ ਮੋਦੀ ਜਿਵੇਂ ਹੁਣ ਪ੍ਰਧਾਨ ਮੰਤਰੀ ਨੇ ਉਹਨਾਂ ਨੇ 2014 ਚ ਬਠਿੰਡੇ ਦੀ ਰੈਲੀ ਦੇ ਵਿੱਚ ਵੀ ਕਿਹਾ ਸੀ ਮੈਨੂੰ ਯਾਦ ਹੈ ਉਹਨਾਂ ਨੇ ਬਠਿੰਡੇ ਚ ਕਿਹਾ ਸੀ ਪ੍ਰਕਾਸ਼ ਸਿੰਘ ਬਾਦਲ ਵੀ ਉਸ ਮੰਚ ਤੇ ਬੈਠੇ ਸੀ ਕਿ ਮੈਂ ਰਾਵੀ ਦਾ ਪਾਣੀ ਲਿਆਉਂਗਾ ਪੰਜਾਬ ਵਾਲੇ ਪਾਸੇ ਕਿਉਂਕਿ ਰਾਵੀ ਦਾ ਪਾਣੀ ਸਾਡਾ ਵਾਧੂ ਪਾਣੀ ਸਾਡਾ ਪਾਕਿਸਤਾਨ ਵਾਲੇ ਪਾਸੇ ਚੱਲਿਆ ਜਾਂਦਾ ਹੈ ਸੰਧੀਆਂ ਦੇ ਮੁਤਾਬਕ ਜਿੰਨਾ ਜਾਣਾ ਚਾਹੀਦਾ ਉਸ ਤੋਂ ਜ਼ਿਆਦਾ ਔਰ ਅੱਜ ਤੱਕ ਅਸੀਂ ਰਾਵੀ ਦੇ ਉਸ ਫਾਲਤੂ ਪਾਣੀ ਨੂੰ ਆਪਣੇ ਦੇਸ਼ ਦੇ ਦੂਜੇ ਸੂਬਿਆਂ ਚ ਦੂਜੇ ਹਿੱਸਿਆਂ ਚ ਨਹੀਂ ਲਿਆ ਸਕੇ ਸੋ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਇੰਟਰ ਲਿੰਕਿੰਗ ਆਫ ਰਿਵਰਸ ਹੋਵੇ ਪਰ ਉਹਦੇ ਚ ਪੰਜਾਬ ਦੇ ਹੱਕ ਨਾ ਮਰਨ ਸਤਲੁਜ ਯਮਨਾ ਲਿੰਕ ਨੇਰ ਦਾ ਜਿਹੜਾ ਪ੍ਰਸਤਾਵ ਸੀ ਉਹਨੂੰ ਨਵੇਂ ਸਿਰੇ ਤੋਂ ਰਿਵਿਊ ਕੀਤਾ ਜਾਵੇ ਸਾਡੀ ਸਰਕਾਰ ਵੱਲੋਂ ਵੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਔਰ ਸ਼ਰਤ ਰੱਖੀ ਜਾਵੇ ਕੇਂਦਰ ਅੱਗੇ ਕਿ ਕੇਂਦਰ ਪਹਿਲਾਂ ਸਾਨੂੰ ਰਿਪੀਰੀਅਨ ਸਟੇਟ ਦਾ ਦਰਜਾ ਦਵੇ ਪਾਣੀਆਂ ਦੇ ਜਿਹੜੇ ਸਾਡੇ ਪੰਜਾਬ ਦੇ ਸਾਰੇ ਹੱਕ ਨੇ ਉਹ ਸਾਡੇ ਤੇ ਦਵੇ ਫਿਰ ਕੇਂਦਰ ਦੇ ਨਾਲ ਸੂਬੇ ਵੱਲੋਂ ਸਮਝੌਤੇ ਕੀਤੇ ਜਾਣ ਕਿ ਉਹਨਾਂ ਮਹੀਨਿਆਂ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਜਦੋਂ ਪੰਜਾਬ ਨੂੰ ਪਾਣੀ ਦੀ ਲੋੜ ਹੈ ਜਦੋਂ ਤੱਕ ਮੌਨਸੂਨ ਨਹੀਂ ਆਈ ਤੇ ਉਦੋਂ ਕੇਂਦਰ ਇਹ ਜ਼ਿੰਮੇਵਾਰੀ ਚੱਕੇ ਕਿ ਸੂਬੇ ਪੰਜਾਬ ਨੂੰ ਪਾਣੀ ਮਿਲੇ ਤੇ ਹੜਾਂ ਦੇ ਦਿਨਾਂ ਦੇ ਵਿੱਚ ਜਾਂ ਬਰਸਾਤਾਂ ਦੇ ਦਿਨਾਂ ਦੇ ਵਿੱਚ ਪੰਜਾਬ ਦਾ ਪਾਣੀ ਹੈ ਜਿਹੜਾ ਉਹ ਦੂਜੇ ਸੂਬਿਆਂ ਨੂੰ ਜਿਹੜਾ ਹੈਗਾ ਉਹ ਤਕਸੀਮ ਕੀਤਾ ਜਾਵੇ ਔਰ ਇਸ ਵਿਚਾਰ ਨੂੰ ਸਾਨੂੰ ਸੋਚਣਾ ਪੈਣਾ ਕਿਉਂਕਿ ਜਿਹੜਾ ਭਵਿੱਖ ਹੈ ਭਵਿੱਖ 'ਚ ਇਸ ਵਿਚਾਰ ਨੂੰ ਅੱਗੇ ਵਧਾਏ ਬਿਨਾ ਮੈਨੂੰ ਲੱਗਦਾ ਸਾਨੂੰ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਸਮੇਂ 'ਚ ਭਾਖੜਾ ਡੈਮ ਹੈ ਭਾਵੇਂ ਇਹਨਾਂ ਸਾਰੇ ਡੈਮਾਂ ਦੀਆਂ ਮਿਆਦਾਂ ਪੁੱਗਣੀਆਂ ਨੇ ਇਹਨਾਂ ਸਾਰੇ ਡੈਮਾਂ ਨੂੰ ਭਾਵੇਂ ਅਸੀਂ ਹੌਲੀ-ਹੌਲੀ ਤਕੜੇ ਕਰੀ ਜਾਂਦੇ ਆ ਪਰ ਆਉਂਦੇ ਸਮਿਆਂ ਦੇ ਵਿੱਚ ਸਾਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਸਾਨੂੰ ਸਾਇੰਟਿਫਿਕ ਪੱਖੋਂ ਸਾਨੂੰ ਸਾਇੰਸ ਦੇ ਪੱਖੋਂ ਸਾਨੂੰ ਵਿਗਿਆਨ ਦੇ ਪੱਖੋਂ ਸਾਨੂੰ ਸਮਾਜਿਕ ਵਿਗਿਆਨ ਦੇ ਪੱਖੋਂ ਔਰ ਸਾਨੂੰ ਆਰਥਿਕਤਾ ਦੇ ਪੱਖੋਂ ਬਹੁਤ ਸਾਰੇ ਪਹਿਲੂ ਜਿਹੜੇ ਨੇ ਉਹ ਵਿਚਾਰਨੇ ਚਾਹੀਦੇ ਨੇ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਬੁੱਧੀਜੀਵੀਆਂ ਨੂੰ ਇਹ ਵਿਚਾਰ ਪਸੰਦ ਨਾ ਆਵੇ ਪਰ ਮੇਰਾ ਸਿਰਫ ਇਹ ਵਿਚਾਰ ਹੈ ਇਹਦੇ ਤੇ ਸਾਇੰਟੀਫਿਕ ਲੋਕ ਸਾਇੰਸਦਾਨ ਉਹ ਜ਼ਰੂਰ ਆਪਣਾ মত ਹਰ ਕਿਸੇ ਨੂੰ ਦੇਣ ਦਾ ਹੱਕ ਹੈ ਉਹ ਵੀ ਆਪਣਾ ਵਿਚਾਰ ਹੈ ਜਿਹੜਾ ਇਹਦੇ ਤੇ ਅੱਗੇ ਵਧਾ ਸਕਦੇ ਨੇ ਪਰ ਉੰਜ ਮੇਰਾ ਹੀ ਮੰਨਣਾ ਹੈ ਕਿ ਇਹ ਵੇਲਾ ਹੈ ਕਿ ਜਦੋਂ ਪੰਜਾਬ ਨੂੰ ਕੇਂਦਰ ਦੇ ਨਾਲ ਪਾਣੀਆਂ ਦੇ ਮਸਲੇ ਤੇ ਪਹਿਲ ਕਰਕੇ ਜਦੋਂ ਸਾਨੂੰ ਰਿਪੇਰੀਅਨ ਸਟੇਟ ਦੀ ਮਾਨਤਾ ਮਿਲੇ ਉਸ ਤੋਂ ਬਾਅਦ ਗੱਲ ਅੱਗੇ ਵਧਾਉਣੀ ਚਾਹੀਦੀ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਰ ਉਹ ਵੀ ਵੱਡਾ ਦਿਲ ਦਿਖਾਉਣ ਤੇ ਪੰਜਾਬ ਵਾਲੇ ਪਾਸੇ ਚੰਗਾ ਕਦਮ ਚੱਕਦੇ ਹੋਏ ਪੰਜਾਬ ਵਾਲੇ ਪਾਸੇ ਪਾਣੀਆਂ ਦੇ ਮਾਮਲੇ ਤੇ ਸਾਨੂੰ ਰਿਪੇਰੀਅਨ ਸਟੇਟ ਦਾਗਰੋ ਐਲਾਨ ਕਰਕੇ ਦਰਜਾ ਦੇ ਦੇਣ ਕਾਨੂੰਨੀ ਤੌਰ ਤੇ ਪੰਜਾਬ ਨੂੰ ਉਹਦੀ ਮਾਨਤਾ ਮਿਲੇ ਰਿਪੇਰੀਅਨ ਪ੍ਰਿੰਸੀਪਲ ਦੀ ਉਹਦੇ ਨਾਲ ਮੈਨੂੰ ਲੱਗਦਾ ਹੈ ਕੇਂਦਰ ਤੇ ਸੂਬੇ ਚ ਸਬੰਧ ਵੀ ਹੋਰ ਚੰਗੇ ਹੋਣਗੇ ਔਰ ਪਾਣੀ ਦੀ ਵਿਉਂਤਬੰਦੀ ਚੰਗੀ ਕੀਤੀ ਜਾ ਸਕੇਗੀ ਗੱਲ ਸਿਰਫ ਪਾਣੀਆਂ ਨੂੰ ਸਾਂਭਣ ਦੀ ਵਰਤਣ ਦੀ ਹੈ ਔਰ ਹਿਮਾਚਲ ਪ੍ਰਦੇਸ਼ ਦਾ ਵੀ ਜਿਹੜਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਉਦੇ ਤੋਂ ਵੀ ਬਚਿਆ ਜਾ ਸਕੇਗਾ ਭਵਿੱਖ ਦੇ ਵਿੱਚ ਅਗਰ ਅਸੀਂ ਇਸ ਤਰ੍ਹਾਂ ਦੇ ਕਿਸੇ ਵਿਚਾਰ ਤੇ ਅੱਗੇ ਵਧਦੇ ਹਾਂ ਉਂਝ ਦੇਸ਼ 'ਚ ਬਹੁਤ ਵੱਡੇ ਵੱਡੇ ਜਿਹੜੇ ਦਰਿਆ ਨੇ ਨਦੀਆਂ ਨੇ ਉਹਨਾਂ ਨੂੰ ਜੋੜਨ ਦਾ ਲਗਾਤਾਰ ਜਿਹੜਾ ਹੈਗਾ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਲਗਭਗ 37 ਨਦੀਆਂ ਨੇ ਇਹਨਾਂ ਦੇ ਵਿੱਚੋਂ 14 ਨਦੀਆਂ ਦੇ ਲਿੰਕ ਨੇ ਜਿਹੜੇ ਉਹ ਹਿਮਾਲਿਆ ਦੇ ਨਾਲ ਜੁੜਦੇ ਨੇ ਬੜੀਆਂ ਪਵਿੱਤਰ ਗੰਗਾ ਨਦੀ ਹੈ ਬ੍ਰह्मਪੁੱਤਰ ਨਦੀ ਹੈ ਸੋ ਸਾਰਿਆਂ ਤੇ ਡੈਮ ਬਣਾ ਕੇ ਲਗਾਤਾਰ ਕੰਮ ਚੱਲ ਵੀ ਰਹੇ ਨੇ ਬਹੁਤ ਸਾਰੇ ਦੇਸ਼ ਦੇ ਵਿੱਚ ਨਦੀਆਂ ਨੂੰ ਜੋੜਨ ਦੇ ਕੰਮ ਚੱਲ ਵੀ ਰਹੇ ਨੇ ਪਰ ਅਗਰ ਪੰਜਾਬ ਵਾਲੇ ਪਾਸੇ ਵੀ ਅਸੀਂ ਪੰਜਾਬ ਹਿਮਾਚਲ ਹਰਿਆਣਾ ਇਸ ਪਾਸੇ ਵੀ ਅਸੀਂ ਕਿਸੇ ਸਮਝੌਤੇ ਤੇ ਪਹੁੰਚੀਏ ਤੇ ਮੈਨੂੰ ਲੱਗਦਾ ਭਵਿੱਖ ਚ ਪੰਜਾਬ ਹੜ੍ਹਾਂ ਤੋਂ ਬਚ ਸਕੇਗਾ ਕਿਉਂਕਿ ਉਹ ਪਾਣੀ ਜਿਹੜਾ ਹੜ੍ਹਾਂ ਦੇ ਰੂਪ ਚ ਸਾਡੀ ਤਬਾਹੀ ਮਚਾਉਂਦਾ ਹੈ ਉਹ ਪਾਣੀ ਉਹਨਾਂ ਸੂਬਿਆਂ ਚ ਜੇ ਅਸੀਂ ਮੋੜੀਏ ਜਿੱਥੇ ਪਾਣੀ ਦੀ ਲੋੜ ਹੈ ਤੇ ਜਦੋਂ ਦੂਜੇ ਸੂਬਿਆਂ ਦੇ ਵਿੱਚ ਪਾਣੀ ਹੜਾਂ ਦੀ ਤਬਾਹੀ ਮਚਾਵੇ ਤੇ ਉਹ ਸਾਡੇ ਵਾਲੇ ਪਾਸੇ ਆਵੇ ਤੇ ਜਦੋਂ ਪੰਜਾਬ ਨੂੰ ਐਗਰੀਕਲਚਰ ਸੂਬਾ ਹੋਣ ਦੇ ਨਾਤੇ ਪਾਣੀ ਦੀ ਲੋੜ ਹੈ ਤੇ ਉਦੋਂ ਕੇਂਦਰ ਸਰਕਾਰੇ ਭਰੋਸਾ ਦੇਵੇ ਕਿ ਪੰਜਾਬ ਨੂੰ ਬਣਦਾ ਹੱਕ ਬਣਦਾ ਪਾਣੀ ਮਿਲੇਗਾ ਵਾਟਰ ਲਿਫਟਿੰਗ ਟੈਕਨੀਕਸ ਦੇ ذریعے ਵਾਪਸ ਪੰਜਾਬ ਨੂੰ ਪਾਣੀ ਮਿਲੇਗਾ ਜਿਵੇਂ ਬਿਜਲੀ ਹੈ ਜਦੋਂ ਸਾਡੇ ਕੋਲੇ ਬਿਜਲੀ ਜ਼ਿਆਦਾ ਹੈ ਤੇ ਅਸੀਂ ਕੇਂਦਰੀ ਪੂਲ 'ਚ ਬਿਜਲੀ ਦਿੰਨੇ ਆ ਇਸੇ ਤਰ੍ਹਾਂ ਵਾਟਰ ਪੂਲ ਹੈ ਜਿਹੜਾ ਉਹ ਬਣੇ ਜਦੋਂ ਪੰਜਾਬ ਕੋਲੇ ਫालतू ਪਾਣੀ ਹੈ ਤੇ ਅਸੀਂ ਉਦੋਂ ਕੇਂਦਰੀ ਪੂਲ ਚ ਪਾਣੀ ਦੇ ਦਈਏ ਸੋ ਕੋਈ ਨਾ ਕੋਈ ਵਿਵਸਥਾ ਜਿਹੜੀ ਹੈ ਸੈਂਟੀਫਿਕ ਤੌਰ ਤੇ ਸੋਚੀ ਤੇ ਬਣਾਈ ਜਾ ਸਕਦੀ ਹੈ ਇਹਦੇ ਨਾਲ ਹੀ ਪੰਜਾਬ ਹੜ੍ਹਾਂ ਤੋਂ ਬਚ ਸਕੇਗਾ ਭਵਿੱਖ ਦੇ ਵਿੱਚ ਨਹੀਂ ਤਾਂ ਬੇਸ਼ਕੀਮਤੀ ਜਾਨਾਂ ਪਸ਼ੂ ਤਨ ਸਾਡਾ ਇਨਫਰਾਸਟ੍ਰਕਚਰ ਸਾਡੀ ਪਿੰਡਾਂ ਦੀ ਆਰਥਿਕਤਾ ਸਾਡਾ ਪਿੰਡੂ ਸੱਭਿਆਚਾਰ ਸਾਡਾ ਪਿੰਡੂ ਜੀਵਨ ਇਹਨਾਂ ਹੜ੍ਹਾਂ ਹੜ੍ਹਾਂ ਕਰਕੇ ਤਹਿਸ ਨਹਿਸ ਹੁੰਦਾ ਰਹੇਗਾ ਔਰ ਇਹਦੇ ਨਾਲ ਨਾਲ ਜਿਹੜਾ ਅੰਨੇਵਾ ਸ਼ੈਰੀ ਕਰਨਾ ਮੈਂ ਕੱਲ ਸੁਣ ਰਿਹਾ ਸੀ ਹਰਜੋਤ ਜੀ ਕਿ ਲੁਧਿਆਣਾ ਦੇ ਵਿੱਚ ਜਿਹੜਾ ਇੱਕ ਬੁੱਢਾ ਦਰਿਆ ਬਣਿਆ ਸੀ ਉਹ ਬੁੱਢਾ ਨਾਲਾ ਲੋਕਾਂ ਨੇ ਉਹਨੂੰ ਨਾਮ ਦਿੱਤਾ ਮੈਂ ਉਹਨੂੰ ਮਿੰਨੀ ਸਤਲੁਜ ਕਹਿੰਦਾ ਹਮੇਸ਼ਾ ਕਿਉਂਕਿ ਉਹਦੇ ਵਿੱਚ ਸਤਲੁਜ ਦਾ ਪਾਣੀ ਆਉਂਦਾ ਹੈ ਔਰ ਕੱਲ ਮੈਂ ਵੇਖਿਆ ਕਿ ਜਿਹੜਾ ਜਿਹਨੂੰ ਬੁੱਢਾ ਨਾਲਾ ਲੋਕ ਜਾਂ ਬੁੱਢਾ ਦਰਿਆ ਕਹਿੰਦੇ ਸੀ ਜਿਹੜਾ ਸ਼ਹਿਰ ਦੇ ਵਿੱਚੋਂ ਵਿੱਚ ਇੱਕ ਹਿੱਸੇ 'ਚ ਨਿਕਲਦਾ ਕੱਲ ਉਹਦਾ ਪਾਣੀ ਸਤਲੁਜ ਦੇ ਪਾਣੀ ਵਰਗਾ ਹੋਇਆ ਪਿਆ ਸੀ ਸਾਫ਼ ਰੰਗ ਦਾ ਪਾਣੀ ਸੀ ਇੰਡਸਟਰੀ ਦਾ ਗੰਦਾ ਪਾਣੀ ਉਹਦੇ ਵਿੱਚ ਨਹੀਂ ਸੀ ਜਿਹੜਾ ਜਿਹੜਾ ਬੁੱਢਾ ਨਾਲਾ ਕਹਿਣ ਲੱਗੇ ਲੋਕ ਕਿਉਂਕਿ ਪਾਣੀ ਦਾ ਰੰਗ ਕਾਲਾ ਹੋ ਗਿਆ ਸੀ ਕੱਲ ਪਾਣੀ ਸਾਫ਼ ਸੀ ਕੱਲ ਇਸ ਪਾਣੀ 'ਚ ਆਮ ਦਿਨਾਂ ਦੀ ਤਰ੍ਹਾਂ ਜਿਹੜਾ ਇਹ ਮਿੰਨੀ ਸਤਲੁਜ ਸ਼ਹਿਰ 'ਚੋਂ ਨਿਕਲਦਾ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸਾਫ਼ ਰੱਖਣ ਦਾ ਅਗਰ ਉਪਰਾਲਾ ਕੀਤਾ ਜਾਵੇ ਤੇ ਇਸ ਸਿਹਤਮੰਦ ਪਾਣੀ ਆ ਜਿਹੜਾ ਸ਼ਹਿਰ ਦੇ ਵਿੱਚ ਇਹ ਚੰਗੀ ਆਪਣੀ ਜਿਹੜੀ ਹੈ ਪ੍ਰਭਾਵ ਛੱਡ ਸਕਦਾ ਸੋ ਸਾਨੂੰ ਪਾਣੀ ਦੇ ਪ੍ਰਦੂਸ਼ਣ ਤੋਂ ਵੀ ਬਚਣ ਦੀ ਲੋੜ ਹੈ ਔਰ ਸਾਨੂੰ ਆਪਣੇ ਜਿਹੜੀਆਂ ਨਦੀਆਂ ਨੇ ਸਾਡੀਆਂ ਚੂਹਾਂ ਨੇ ਉਹ ਸਾਰੇ ਮੁਕੰਮਲ ਸਮੇਂ ਤੇ ਸਾਫ਼ ਕਰਕੇ ਉਹਨਾਂ ਨੂੰ ਚੱਲਦੇ ਰੱਖਣ ਦੀ ਵੀ ਲੋੜ ਹੈ ਸੋ ਪਾਣੀ ਦੇ ਪ੍ਰਬੰਧ ਤੇ ਬਹੁਤ ਗੰਭੀਰ ਹੋਣ ਦੀ ਲੋੜ ਹੈ ਔਰ ਇਹ ਭਗਵੰਤਮਾਨ ਹੋਣ ਦਾ ਵੀ ਬਹੁਤ ਵੱਡਾ ਟੈਸਟ ਹੈ ਕਿ ਉਹ ਪੰਜਾਬ ਨੂੰ ਪਾਣੀਆਂ ਦੇ ਮਾਮਲੇ 'ਚ ਕਿਵੇਂ ਬਾਹਰ ਕੱਢਦੇ ਨੇ ਕਿਉਂਕਿ ਇਹ ਇੱਕ ਬਹੁਤ ਵੱਡਾ ਵਿਸ਼ਾ ਪੰਜਾਬ ਦੇ ਪਾਣੀ ਅਸੀਂ ਕਿਵੇਂ ਹੜਾਂ ਦੀ ਮਾਰ ਤੋਂ ਬਚੀਏ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਕੀਮਤੀ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ